ਆ ਜਾਣੇ ਸਾਰਿਆਂ ਤੁਸੀਂ ਅੱਜ ਅਸੀਂ ਪੀਟੀਐਮ ਬੋਲੋ ਤੁਸੀਂ ਪਹਿਲਾਂ ਤੁਸੀਂ ਬੋਲੋ 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 ਤੁਸੀਂ ਬੋਲੋ ਮੈਂ ਡਰਾਈਵ ਕਰ ਰਿਹਾ ਡਰਾਈਵ ਕਰ ਲਓ ਤਾਂ ਫਿਰ ਕਿਉਂ ਵਿੱਚ ਬੋਲ ਰਹੇ ਸਾਡੇ ਮੈਂ ਬੋਲ ਨਹੀਂ ਸਕਦਾ ਹਾਂ ਅੱਜ ਬਹੁਤ ਹੈਕਟਿਕ ਡੇ ਸੀਗਾ ਪਹਿਲਾਂ ਅਸ਼ੂ ਦੇ ਸਕੂਲ ਗਏ ਪੇਰੈਂਟ ਟੀਚਰ ਮੀਟਿੰਗ ਸੀ ਹੁਣ ਅਸੀਂ ਜਾ ਰਹੇ ਹਾਂ 17 ਬਹੁਤ ਹੈਕਟਿਕ ਬਹੁਤ ਹੈਕਟਿਕ ਉਧਰ ਕੋਈ ਕੰਮ ਸੀਗਾ ਤੇ ਫਿਰ ਅਸੀਂ ਕਿਹਾ ਚਲੋ ਟ੍ਰੇਡ ਐਕਸਪੀਸ਼ਨ ਲੈ ਗਏਗੇ ਐਕਸਪੀਸ਼ਨ ਵੀ ਦੇਖ ਆਵਾਂਗੇ ਤੇ ਬਾਕੀ ਦੱਸਦੇ ਆ ਹੁਣ ਜਾ ਕੇ ਪਹੁੰਚ ਕੇ ਕਿੱਦਾਂ ਦਾ ਰਿਹਾ ਸਾਡਾ ਐਕਸਪੀਰੀਅੰਸ ਐਗਜ਼ੀਬਿਸ਼ਨ ਚ ਐਗਜ਼ੀਬਿਸ਼ਨ ਕੋ ਮੰਨਿਆ ਤਾਂ ਐਗਜ਼ੀਬਿਸ਼ਨ ਕੋ ਮੰਨਦੇ ਆ ਹਾਂ ਲੈਣਾ ਕੁਛ ਨਹੀਂ ਤਾਂ ਬਸ ਘੁੰਮ ਕੇ ਆ ਜਾਣਾ ਨਹੀਂ ਨਹੀਂ ਲੈਣਾ ਮੈਂ ਤਾਂ ਲੈਣਾ ਮੈਂ ਸਕੂਲ ਬੈਗ ਲੈਣਾ ਮੈਂ ਸਕੂਲ ਬੈਗ ਕਿਆ ਖਾ ਰਿਹਾ ਅਸ਼ੂ ਬਦਾਮ ਵਾਲੀ ਚਾਕਲੇਟ ਮੈਂ ਪੀ ਰਹੀ ਹਾਂ ਰੈੱਡ ਬੁੱਲ ਐਨਰਜੀ ਵਾਸਤੇ ਕਿਉਂਕਿ ਐਗਜ਼ੀਬਿਸ਼ਨ ਘੁੰਮਣਾ ਹੈ ਤੇ ਉਹਦੇ ਵਾਸਤੇ ਐਨਰਜੀ ਚਾਹੀਦੀ ਹੈ ਮੇਰਾ ਕੋ ਰੈੱਡ ਬੁੱਲ ਇਜ਼ ਨਾਟ ਗੁੱਡ ਫॉर ਹੈਲਥ ਅੱਛਾ ਓਏ ਆਪ ਵੀ ਕਹਿੰਦੇ ਮੈਨੂੰ ਰੈੱਡ ਮੈਂ ਤਾਂ ਕੁਝ ਹੋਰ ਚੱਕਰ ਲੱਗੀ ਸੀ ਕਹਿੰਦੇ ਆ ਲੈ ਲੈ ਰੈੱਡ ਬੁੱਲ ਦੇਖ ਲੈ ਉਹ ਵੀ ਐਨਰਜੀ ਡਰਿੰਕ ਹੀ ਸੀ ਰੈ ਇਹ ਠੀਕ ਹੁੰਦਾ ਵਧੀਆ ਹੁੰਦਾ ਰੈੱਡ ਬੁੱਲ ਰੈੱਡ ਬੁੱਲ ਰੈੱਡ ਬੁੱਲ ਗਿਵਸ ਯੂ ਵਿੰਸ ਹਾਂ ਦੈਨ ਮੰਮਾ ਵਿਲ ਫਲਾਈ ਆਲ ਅਰਾਊਂਡ ਦ ਟ੍ਰੇਡ ਫੇਅਰ ਲਾਈਕ ਅ ਡਰੋਨ ਹੁਣੇ ਤੁਹਾਨੂੰ ਡਰੋਨ ਸ਼ਾਟ ਦੇਖਣ ਨੂੰ ਮਿਲੇ ਦੇਖੋ ਖੜੀ ਫਸ ਗਈ ਚੰਡੀਗੜ੍ਹ ਚੰਡੀਗੜ੍ਹ ਪੁਲਿਸ ਦੀ ਆ ਪਿੱਛੇ ਐਂਬੂਲੈਂਸ ਅੱਛਾ ਪਿੱਛੇ ਐਂਬੂਲੈਂਸ ਅੱਗੇ ਪੁਲਿਸ ਵੀ ਹੈ ਆ ਇੱਧਰ ਆਟੋ ਵਾਲਿਆਂ ਨੇ ਮਾੜੀ ਜਿਹੀ ਕੀਤੀ ਤਾਂ ਹੈ ਵੈਸੇ ਇੱਧਰ ਥੋੜਾ ਥੋੜਾ ਕਰਕੇ ਕਰ ਸਕਦੇ ਨੀ ਪਰ ਮੈਂ ਇੱਕ ਦਿਨ ਦੇਖਿਆ ਸੀਗਾ ਉਹਨਾਂ ਨੇ ਥੋੜੀ ਥੋੜੀ ਇੱਦਾਂ 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 ਕਰਕੇ ਨਾ ਜਗ੍ਹਾ ਬਣਾ ਲਈ ਸੀ ਤੇ ਫਿਰ ਆਰਾਮ ਨਾਲ ਐਂਬੂਲੈਂਸ ਨਿਕਲ ਗਈ ਸੀ ਹਾਂ ਕੋਆਰਡੀਨੇਟ ਕਰਨਾ ਚਾਹੀਦਾ ਹਾਂ ਐਂਬੂਲੈਂਸ ਕਿੱਥੇ ਦਿਖੀ ਨਹੀਂ ਰਹੀ ਪਿੱਛੇ ਆ ਰਹੀ ਆ ਕੋਈ ਪੁਲਿਸ ਨਹੀਂ ਹੋਣਾ ਯਾਰ ਬੰਦਾ ਇਹ
ਵਾਲੇ ਲਾਈਟਾਂ ਵੀ ਬੰਦ ਪਈਆਂ ਨੇ, ਸਮਝ ਨਹੀਂ ਆ ਰਿਹਾ ਅੱਗੇ ਫਿਰ ਟ੍ਰੈਫਿਕ ਵਾਲਾ ਹੋਣਾ ਚਾਹੀਦਾ ਕੋਈ ਆਪਣੇ ਕੋਲ। ਮੋਟਰਸਾਈਕਲ ਵਾਲੇ ਬੰਦੇ ਨੇ ਕਲੀਅਰ ਕਰਵਾਇਆ ਹੁਣ ਥੋੜਾ ਜਿਹਾ ਕੀਤਾ, ਪਰ ਬੱਸ ਆ ਨਾ ਅੱਗੇ ਖੜੀ ਆ ਜਾ ਰਹੀ ਆ ਐਂਬੂਲੈਂਸ, ਉਹ ਗਈ ਨਿਕਲ ਗਈ ਸਾਈਡ ਤੋਂ। ਸਹੀ ਆ, ਦੇਖੋ ਵੀ ਛਿੱਟ ਗਿਰ ਗਈ, ਛਿੱਟ ਪਾਪਾ ਦੇ ਉੱਤੇ ਛਿੱਟ ਗਿਰ ਗਈ। ਇਅਰਿੰਗਸ ਲੈਣੇ, ਇਅਰਿੰਗਸ ਜੀ ਕੈਸ ਕੋਟਡ ਹੋਏ। ਆ ਇੰਟਰਨੈਸ਼ਨਲ ਹੈ ਟਰਕਿਸ਼ ਇਰਾਨੀਅਨ ਪ੍ਰੋਡਕਟ। ਹਾਂਜੀ ਹੁਣ ਅਸੀਂ ਘਰ ਆ ਗਏ ਹਾਂ ਅਤੇ ਮੈਂ ਹੁਣ ਤਿਆਰ ਹੋਣ ਲੱਗੀ ਹਾਂ ਕਿੱਟੀ ਪਾਰਟੀ ਲਈ। 3:30 ਹੋ ਗਏ ਹੈ, 4 ਵਜੇ ਨਿਕਲਣਾ, ਬਿਲਕੁਲ ਵੀ ਅੱਜ ਟਾਈਮ ਨਹੀਂ ਰੈਸਟ ਕਰਨ ਦਾ, ਜੋ ਵੀ ਹੈ ਸਾਰਾ ਦਿਨ ਬਸ ਬਾਹਰ। ਲਓ ਜੀ ਮੈਂ ਪਹੁੰਚ ਗਈ ਹੁਣ ਆਪਣੀ ਕਿੱਟੀ ਪਾਰਟੀ 'ਤੇ। ਅੱਜ ਨਹੀਂ ਗਾਣੇ ਗੁਣੇ ਗਾਣੇ, ਕਿੱਟੀ ਪਾਰਟੀ ਖਤਮ ਹੋਣ ਤੋਂ ਬਾਅਦ ਬਾਹਰ ਆਏ ਅਤੇ ਬਾਹਰ ਬੱਚੇ ਸਾਰੇ ਆਪਣਾ ਬੈਡਮਿੰਟਨ ਖੇਡ ਰਹੇ ਸੀ। ਇੱਦਾਂ ਲੱਗ ਰਿਹਾ ਜਿਵੇਂ ਅਕੈਡਮੀ ਖੁੱਲ੍ਹੀ ਹੋਈ ਹੈ, ਨਾਲ ਮੇਰੇ ਹਸਬੈਂਡ ਵੀ ਖੇਡ ਰਹੇ ਆ ਦੇਖੋ। ਅੱਜ ਸਵੇਰ ਦਾ ਬਾਹਰ ਖਾਧਾ ਅਤੇ ਹੁਣ ਅਸੀਂ ਡਿਨਰ ਕਰ ਰਹੇ ਹਾਂ। ਮੈਂ ਸ਼ਾਮੀ ਕਿੱਟੀ 'ਚ ਵੀ ਖਾਧਾ ਹੋਈ, ਬੜਾ ਆਪਾ ਹੋ ਗਿਆ, ਹੁਣ ਮੈਂ ਫਰੂਟਸ ਖਾ ਕੇ ਸੋਊਂਗੀ ਹੈਲਦੀ। ਉਹ ਭੁੱਖ ਲੱਗੂਗੀ ਤਾਂ ਖਾਵਾਂਗੇ, ਬਸ ਸੈਲਡ ਖਾ ਕੇ, ਸੈਲਡ ਔਰ ਵੈਜੀਟੇਬਲ ਸੋਰੀ ਫਰੂਟਸ ਖਾ ਕੇ ਸੋ ਜਾਣਾ। ਅਸੀਂ ਫਰੂਟ ਖਾ ਰਹੇ ਹਾਂ ਤੇ ਨਾਲ ਪੈਗ ਛੈਗ ਬਨ ਪੀ ਰਹੇ। ਹੁਣ ਅਸੀਂ ਖਾ ਰਹੇ ਹਾਂ ਚਿਕਨ ਔਰ ਸੈਲਡ, ਹੈਲਦੀ ਫੂਡ ਹੈਲਦੀ। ਓਕੇ ਜੀ ਬਾਏ ਬਾਏ, ਮਿਲਦੇ ਹਾਂ ਹੁਣ ਨੈਕਸਟ ਵਲੌਗ 'ਚ। ਹੁਣ ਮੈਂ ਰੋਜ਼ ਵਲੌਗ ਪਾਇਆ ਕਰੂੰਗੀ ਆਪਣੀ। ਬਾਏ ਬਾਏ।